ਸ਼ਰਧਾਲੂਆਂ ਦੇ ਨਾਲ ਭਰਿਆ ਹੋਇਆ ਇੱਕ ਟੈਂਪੂ ਫਲਾਈਓਵਰ ਤੇ ਪਲਟ ਗਿਆ, ਜਿਸ ਦੇ ਨਾਲ ਸ਼ਰਧਾਲੂਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਸਹਾਰਨਪੁਰ ਤੋਂ ਖੁਰਾਲਗੜ੍ਹ ਸਤਸੰਗ ਦੇ ਲਈ ਇਹ ਸ਼ਰਧਾਲੂ ਜਾ ਰਹੇ ਸੀ ਤਾਂ ਅਜੋਲੀ ਮੋੜ ਫਲਾਈਓਵਰ ਤੇ ਇਹ ਹਾਦਸਾ ਹੋ ਗਿਆ ਔਰ ਸ਼ਰਧਾਲੂਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਐਂਬੂਲੈਂਸ ਦੇ ਜ਼ਰੀਏ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਸਹਾਰਨਪੁਰ ਤੋਂ ਬਾਈ ਟ੍ਰੇਨ ਕੁਝ ਸੰਗਤਾਂ ਖੁਰਾਲਗੜ੍ਹ ਸਤਸੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਜਾ ਰਹੀਆਂ ਸੀ। ਰੇਲਵੇ ਸਟੇਸ਼ਨ ਨੰਗਲ ਪਹੁੰਚਣ ਲਈ ਸਹਾਰਨਪੁਰ ਦੀ ਸੰਗਤ ਨੇ ਇੱਕ ਛੋਟਾ ਹਾਥੀ ਕਿਰਾਏ 'ਤੇ ਕਰ ਲਿਆ ਤਾਂ ਜੋ ਸਤਸੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਸਾਨੀ ਨਾਲ ਸਮੇਂ ਸਿਰ ਪੁੱਜਿਆ ਜਾ ਸਕੇ। ਜਿਉਂ ਹੀ ਉਹ ਨੰਗਲ ਰੇਲਵੇ ਸਟੇਸ਼ਨ ਤੋਂ ਖੁਰਾਲਗੜ੍ਹ ਦੇ ਲਈ ਰਵਾਨਾ ਹੋਏ ਤਾਂ ਅਜੋਲੀ ਮੋੜ ਫਲਾਈਓਵਰ 'ਤੇ ਉਹਨਾਂ ਦਾ ਟੈਂਪੂ ਪਲਟ ਗਿਆ, ਸੰਤੁਲਨ ਵਿਗੜ ਗਿਆ ਔਰ ਸਵਾਰੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ 108 ਐਂਬੂਲੈਂਸ ਦੇ ਜ਼ਰੀਏ ਨੰਗਲ ਦੇ ਸਰਕਾਰੀ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। 16 ਤੋਂ 17 ਦੀ ਗਿਣਤੀ ਦੇ ਵਿੱਚ ਇਹ ਸ਼ਰਧਾਲੂ ਖੁਰਾਲਗੜ੍ਹ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਦਾ ਟੈਂਪੂ ਪਲਟ ਗਿਆ, ਗੰਭੀਰ ਸੱਟਾਂ ਲੱਗੀਆਂ ਨੇ, ਲੋਕਾਂ ਦਾ ਭਾਰੀ ਇਕੱਠ ਹੋਇਆ। 108 ਐਂਬੂਲੈਂਸ 'ਤੇ ਇਹਨਾਂ ਨੂੰ ਹੌਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ਦੇ ਵਿੱਚੋਂ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਖੁਰਾਲਗੜ੍ਹ ਇਹ ਸ਼ਰਧਾਲੂ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਟੈਂਪੂ ਪਲਟ ਗਿਆ, ਫਲਾਈਓਵਰ 'ਤੇ ਇਹ ਭਾਣਾ ਵਾਪਰ ਗਿਆ। ਸਤਸੰਗ ਸੁਣਨ ਦੇ ਲਈ ਇਹ ਸ਼ਰਧਾਲੂ ਖੁਰਾਲਗੜ੍ਹ ਜਾ ਰਹੇ ਸੀ। ਸ਼ਰਧਾਲੂਆਂ ਨੇ ਇਹ ਟੈਂਪੂ ਕਿਰਾਏ 'ਤੇ ਕਰਾਇਆ ਸੀ। ਮੇਰਾ ਨਾਮ ਵਿਕਰਮ ਸਿੰਘ, ਸਹਾਰਨਪੁਰ ਸੇ ਹਾਂ। ਆਪ ਕਹਾਂ ਸੇ ਆ ਰਹੇ ਥੇ? ਸਹਾਰਨਪੁਰ ਸੇ ਆ ਰਹੇ ਥੇ, ਯਹਾਂ ਨਗਲੈਂਸ ਸਟੇਸ਼ਨ ਸੇ ਵੋ ਕਿਆ ਥਾ ਛੋਟਾ ਹਾਥੀ। ਠੀਕ ਹੈ ਜੀ, ਕਹਾਂ ਕੇ ਲਈ ਜਾ ਰਹੇ? ਯੇ ਖੁਰਾਲਗੜ੍ਹ ਕੇ ਲੀਏ। ਖੁਰਾਲਗੜ੍ਹ ਕੇ ਕਿਆ ਹੁਆ ਥਾ? ਪਹਿਲੇ ਯੇ ਹੋਰ ਰਾਸਤੇ ਮੇਂ ਕਿ ਉਸ ਡਰਾਈਵਰ ਕੋ ਪਤਾ ਨਹੀਂ ਥਾ ਰਾਸਤਾ ਕਹਾਂ ਹੈ, ਉਤੋਂ ਬੈਕ ਗਲਤ ਰਾਸਤੇ ਵਿੱਚ ਲਗਾ ਤਾ, ਫਿਰ ਰਾਸਤੇ ਪਤਾ ਕੀਆ, ਕਹਿੰਦਾ ਬਈ ਗਲਤ ਰਾਸਤੇ ਆ ਗਿਆ, ਬੈਕ ਕਰਤਾ ਹੂੰ। ਬੈਕ ਜਿਸੇ ਪੁਲਿਸ ਡਲਾਂ ਸੇ ਉਤਰਾ, ਉਸ ਗਾੜੀ ਕੇ ਜਾਣਾ ਇੱਕਦਮ ਨਿਯੰਤਰਣ ਸੇ ਖੋ ਗਿਆ, ਤੁਰੰਤ ਗਾੜੀ ਪਲਟ ਗਈ। ਕਿਤਨੇ ਜਣੋਂ ਕੋ ਚੋਟ ਕਰੋ? ਕਰੀਬ 15-16 ਲੋਕ ਹੈ, ਸਭੀ ਕੋ ਚੋਟ ਹੈ, ਕਾਫੀ ਚੋਟੇ ਹੈ। ਟੈਂਪੂ ਵਾਲਾ ਕਹਾਂ ਗਿਆ? ਚਲਾ ਗਿਆ ਉਹ, ਉਸਕਾ ਨੰਬਰ ਹੈ? ਨਹੀਂ ਨੰਬਰ ਕੋਈ ਨਹੀਂ ਹੈ, ਲੇਕਿਨ ਉਹ ਜੈ ਸਟੇਸ਼ਨ ਕੇ ਪਾਸ ਮੈਂ ਜਹਾਂ ਸੇ ਬੁੱਕ ਕੀਆ ਥਾ, ਵਹਾਂ ਪੇ ਉਸਕੀ ਜਾਣਕਾਰੀ ਹੈ। ਅੱਛਾ, ਸਵਾਰੀ ਵਾਲਾ ਟੈਂਪੂ ਦਾ ਕਿ ਦੂਸਰਾ ਦਾ? ਮਾਲ ਵਾਲਾ। ਵੈਸੇ ਤਾਂ ਮਾਲ ਵਾਲਾ ਦਾ। ਮਾਲ ਵਾਲਾ, ਮਾਲ ਵਾਲਾ ਜੀ, ਛੋੜਾ ਤੇ ਦਾ ਜੋ ਬਰਾਬਰ ਮੈਂ ਸਟੈਂਡ ਹੈ ਰੇਲਵੇ ਸਟੇਸ਼ਨ ਕੇ ਨਗਲ ਡੈਮ ਕੇ ਸਟੇਸ਼ਨ ਮੇ ਬਰਾਬਰ ਰਜਿਸਟਰ ਹੋਇਆ ਹੈ ਪਾਰਕਿੰਗ ਦਾ, ਉਸ ਨੇ ਕਰਕੇ ਦਿਆ ਲਓ। ਠੀਕ, ਪਾਰਕਿੰਗ ਵਾਲੇ ਨੇ। ਅੱਜ ਥੋੜ੍ਹੀ ਦੇਰ ਪਹਿਲਾਂ ਸਾਨੂੰ ਇੱਕ ਫੋਨ ਆਇਆ ਕਿ ਅਜੋਲੀ ਫਲਾਈਓਵਰ ਦੇ ਇੱਕ ਟੈਂਪੂ ਜਿਹੜਾ ਜਿਹ 'ਚ ਸਵਾਰੀਆਂ ਸੀਗੀਆਂ ਤਕਰੀਬਨ 15-16 ਯਾਤਰੂ ਸੀਗੇ, ਉਹ ਪਲਟ ਗਿਆ। ਤੁਰੰਤ ਅਸੀਂ ਮੌਕੇ 'ਤੇ ਪਹੁੰਚੇ, ਇਹਦੇ ਵਿੱਚ ਤਕਰੀਬਨ 16 ਜਣੇ ਸੀ, ਸਹਾਰਨਪੁਰ ਤੋਂ ਆਏ ਸੀ, ਖੁਰਾਲਗੜ੍ਹ ਜਾ ਰਹੇ ਸੀ, ਅਤੇ ਇਹਨਾਂ 'ਚੋਂ ਤਕਰੀਬਨ 6 ਬੰਦਿਆਂ ਨੂੰ ਗੰਭੀਰ ਸੱਟਾਂ ਲੱਗੀਆਂ। ਇੱਕ ਟੈਂਪੂ ਸੀਗਾ ਸਵਾਰੀ ਜਿਹੜਾ ਮਾਲ ਵਾਲਾ, ਉਹ 'ਚ ਆਏ ਸੀਗੇ, ਬਹਿ ਕੇ ਖੁਰਾਲਗੜ੍ਹ ਚੱਲੇ ਸੀਗੇ, ਰਸਤੇ 'ਚੋਂ ਪਲਟ ਗਿਆ ਅਤੇ ਉਹ ਟੈਂਪੂ ਵਾਲਾ ਮੌਕੇ ਤੋਂ ਫਰਾਰ ਹੋ ਗਿਆ ਇਹਨਾਂ ਨੂੰ ਛੱਡ ਕੇ। ਅਸੀਂ ਆ ਕੇ ਇੱਥੇ ਐਂਬੂਲੈਂਸ ਰਾਹੀਂ ਇਹਨਾਂ ਨੂੰ NFL ਦੀ ਐਂਬੂਲੈਂਸ ਆਈ ਸੀ, ਅਸੀਂ ਇਹਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਅਤੇ ਹੋਰ ਵੀ ਇਹਨਾਂ ਸਵਾਰੀਆਂ ਨੂੰ ਜਿਹੜੀ ਕੋਈ ਦੁੱਖ ਤਕਲੀਫ ਸੀਗੀ ਅਸੀਂ ਪੁੱਛੀ, ਪਾਣੀ ਪੂਣੀ ਪਿਲਾਇਆ ਅਤੇ ਇਹ ਸਾਰੇ ਹੁਣ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੈ ਅਤੇ 100 ਨੰਬਰ 'ਤੇ ਵੀ ਕਾਲ ਕਰ ਦਿੱਤੀ। ਕਿੱਥੇ ਹੋਇਆ, ਕੀ ਇਧਰ ਵਾਰ ਦੱਸੋ ਕੀ ਸੀਗਾ? ਇੱਥੋਂ ਸਟੇਸ਼ਨ ਤੋਂ ਬਹਿ ਜੀ ਕਿ ਟੈਂਪੂ 'ਚ ਬੈਠ ਕੇ ਜਾ ਰਿਹਾ ਤਾਂ ਬੋਲਦੇ ਹੋਏ ਚਰਨ ਸਿੰਘ ਗੰਗਾ ਉੱਧਰ ਜਾਣ ਵਾਲੇ ਟੈਂਪੂ ਵਾਲਾ ਲੈ ਗਿਆ ਉੱਥੇ ਨੀਮ ਚੌਂਕ 'ਤੇ ਅੱਗੇ ਫਲਾਈਓਵਰ 'ਤੇ ਜਾਂਦੇ ਪਤਾ ਨਹੀਂ ਕੈਮਰਾ ਹੋ ਗਏ, ਟੈਂਪੂ ਪਲਟ ਗਿਆ ਕਹਿੰਦੇ ਜੀ। ਤੁਹਾਨੂੰ ਕਿਵੇਂ ਇਨਫੋਰਮੇਸ਼ਨ? ਸਾਨੂੰ ਤਾਂ ਫੋਨ ਗਿਆ ਜੀ NFL ਹੋਸਪਿਟਲ, ਫਿਰ ਤਾਂ ਅਸੀਂ ਐਮਰਜੈਂਸੀ ਫਟਾਫਟ ਪਹੁੰਚੇ ਉੱਥੇ ਲੈ ਕੇ ਆਏ ਜੀ 7-8 ਦਿਨ। ਤੁਹਾਨੂੰ ਕੀ ਲੱਗਦਾ ਕਿੰਨੇ ਕੁ ਬੰਦੇ ਹੈ ਜੀ ਇੰਜਣ? 6-7 ਹੈਗੇ। ਮੇਰਾ ਨਾਮ ਹੈ, ਸਹਾਰਨਪੁਰ ਸੇ ਬਿਲੋਂਗ ਕਰਤਾ ਹੂੰ ਔਰ ਮੈਂ ਮਹਾਰਾਜ ਰਵਿਦਾਸ ਜੀ ਕੇ ਆਸ਼ਰਮ ਮੇਂ ਸਤਸੰਗ ਮੇਂ ਜਾ ਰਹੇ ਥੇ।
खैरालगढ़ के लिए, और स्टेशन से वो छोटा हाथी जो हमने करा था किराए के लिए, उसने कहा था कि 40 रुपये प्रति किराया लिया जाएगा आपसे और हम छोड़ देंगे। उसको रास्ता मालूम नहीं, तो आउट रास्ते लेते गया था। अच्छा। तो फिर उधर से उसने बैक किया, बैक करते समय जैसे पुल पर ढाल पर नीचे उतर रही थी गाड़ी, ये पुल है जो इधर। हाँ जी हाँ जी 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 जी, हम तो सर पहली दफा है, हमें तो मालूम नहीं है। तो पुल पर आते समय वो ऐसे लहरेदार ऐसे लेकर चल रहा था, तो गाड़ी ऐसे पलट गई। छोटा आते थे सर, उसमें 15-20 बंदे थे, बहुत छोटे आए, वो गंभीर है कुछ लोग। सभी कहाँ के रहने वाले? ये सहारनपुर से हैं सभी। जी जी सर, जी जी सत्संग में जा रहे थे, महाराज रविदास जी के सत्संग में खरालगढ़ लगा हुआ सत्संग जी। भूपेंद्र सिंह आई, भूपेंद्र सिंह कहाँ से? सहारनपुर से आ रहे थे जी। कहाँ जा रहे थे? तो खरालगढ़ जा रहे थे, स्टेशन से जो हाथी कराओ, तो रास्ते में ब्रेक फेल हुए, पुल से उतरते हुए तो गाड़ी पलट गई जी। 16 बंदे थे जी। टेम्पो में? जी। सभी के चोट लगी? नहीं, कुछ कब बच गए, कुछ के चोट लगी। टेम्पो कहाँ से लिया? टेम्पो कहाँ से लिया था ड्राइवर? वो स्टेशन से लिया था, ये स्टेशन जो स्टैंड पे है उसके जानकारी का है वो आदमी। हाँ, टेम्पो वाला था वहाँ छोड़ के आप भाग गए? वो तो चले गया था जी भी, जैसे गिरे भाग गए। हाँ, हाथी था वो छोटा। कितना किराया लिया? किराया कुराया कुछ नहीं लिया, तो बस 40 रुपये सवारी तय करी थी। तय करी थी जी। रास्ते में पलट गया वो, पलट गया फिर वो चलेगा भाग गया। हम हिमाचल का नंबर नंबर कुछ भी नहीं देखा हमने, उन्हें पकड़े थे वहाँ से। भाई क्या नाम है? मेरा नाम जीवन कुमार जी। ਇਹ ਜੀ ਸਹਾਰਨਪੁਰ ਤੋਂ ਆ ਰਹੇ ਸੀ, ਇਹ ਟ੍ਰੇਨ 'ਚ ਆ ਰਹੇ ਸੀ, ਫਿਰ ਸਟੇਸ਼ਨ 'ਤੇ ਛੋਟਾ ਹਾਥੀ ਕੀਤਾ, ਅਤੇ ਉਹ 'ਚ ਘੱਟ ਤੋਂ ਘੱਟ ਕੋਈ 30-35 ਬੰਦੇ ਸੀ। ਉਹ ਓਵਰਲੋਡ ਹੋਣ ਕਰਕੇ ਉਨਾ ਫਲਾਈਓਵਰ 'ਤੇ ਪਲਟ ਗਿਆ, ਜਿਹੜਾ ਅਜੋਲੀ ਮੋੜ ਫਲਾਈਓਵਰ ਹੈ। ਹਾਂਜੀ, ਤਾਂ 16 ਬੰਦੇ ਸੀ ਲਿਆਏ, ਹੋਰ ਪਹਿਲੇ ਆ ਗਏ ਜੀ। ਇਹ ਸਾਨੂੰ 108 'ਤੇ ਉੱਥੇ MCA ਨੇ ਨੰਗਲ ਦਾ ਨਾਮ ਤਾਂ ਮੈਨੂੰ ਪਤਾ ਨਹੀਂ, ਉਹਨੇ ਫੋਨ ਕੀਤਾ ਸੀ ਜੀ। ਇੰਜਰਡ ਹੈਗੇ ਆ ਜੋ ਪਹਿਲੇ ਆ ਗਏ ਨਾ NFL ਗੱਡੀ 'ਚ ਐਂਬੂਲੈਂਸ, ਉਹ ਇੰਜਰਡ ਹੈਗੇ, ਜਿਹੜੇ ਸਾਡੇ ਵਾਲੇ ਆ ਇਹ ਥੋੜ੍ਹੀਆਂ ਖਰੋਚਾਂ ਗਈਆਂ। ਹਾਂਜੀ, ਜ਼ਿਆਦਾ ਇੰਜਰਡ ਹੋ ਗਿਆ।